ਕਿਉਂ ਵੀ ਪਾਲੇ ਹਾਂ ਵੀਰ ਪਾਲੇ ਉਹ ਲੋਕਾਂ ਦੇ ਘਰ ਦਾ ਹੀ ਨਹੀਂ ਜਾਂਦਾ ਇਹਨਾਂ ਦੇ ਘਰ ਕਾਕਾ ਜੰਮ ਪਿਆ ਓਏ ਓਏ ਦਰ ਫਿੱਟੇ ਮੂਹੇ ਜ਼ਖਮ ਦੇਣ ਨੂੰ ਪਾਲਾ ਤੇ ਮਲਮ ਲਾਉਣ ਨੂੰ ਬਾਲਾ ਰੱਬ ਝੂਠੀ ਬਲਾਵੇ ਕਾਕੇ ਤੇ ਜੰਮਣ ਦੀਆਂ ਆਂਡੀਆਂ ਗਵਾਂਡੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਉਹ ਦੁਰ ਸ਼ਾਬਾਸ਼ ਉਹ ਵਧਾਈਆਂ ਮੁੰਡੇ ਦੇ ਪਿਓ ਨੂੰ ਦੇਣੀਆਂ ਤੂੰ ਆਂਡੀਆਂ ਗਵਾਂਡੀਆਂ ਨੂੰ ਦੇਈ ਜਾਣ ਦਿਆ ਉਹ ਸੁੱਖ ਨਾਲ ਵੱਡਾ ਹੋ ਕੇ ਕਾਕੇ ਨੇ ਕੰਮ ਵੀ ਤਾਂ ਗਵਾਂਡੀਆਂ ਦੇ ਆਉਣਾ ਹੈ ਨਾ ਗਵਾਂਡੀਆਂ ਦੇ ਉਹ ਕਿਵੇਂ ਉਹ ਜਦੋਂ ਬਿਜਲੀ ਜਾਇਆ ਕਰਨੀ ਹੈ ਉਹਨਾਂ ਆਵਾਜ਼ ਮਾਰਿਆ ਕਰਨੀ ਹੈ ਬਿਜਲੀ ਚੱਲੀ ਕਿ ਜਿਹੜਾ ਕਾਕੇ ਨੂੰ ਭੇਜਣਾ ਜਿਹੜਾ ਕਾਕੇ ਨੂੰ ਭੇਜਣਾ ਉਹ ਜਿਹੜਾ ਕਾਕੇ ਨੂੰ ਭੇਜਣਾ ਨਾ ਕਾਕਾ ਜਨਰੇਟਰ ਹੈ ਓਏ ਕਾਨੂੰ ਕਾਕਾ ਹੈ ਹੀ ਐਡਾ ਸੋਹਣਾ ਵੱਡਾ ਹੋ ਕੇ ਚੰਗਿਆੜੇ ਕੱਢੇਗਾ ਉਹ ਬਸ ਓਏ ਉਹ ਵੀ ਬਾਲੇ ਹਾਂ ਵੀਰ ਬਾਲੇ ਉਹ ਕਾਕੇ ਦਾ ਨਾਂ ਕੀ ਰੱਖਣਾ ਉਹ ਜਿਹੜਾ ਮਰਜੀ ਨਾਂ ਰੱਖ ਲੋ ਲੋਕਾਂ ਨੇ ਤਾਂ ਉਹਨੂੰ ਓਏ ਓਏ ਕਰਕੇ ਸੱਦਣਾ ਉਹ ਪੂਤਲੀ ਦੇ ਇੱਧਰ ਆਵੇ ਛੱਡ ਓਏ ਚਲ ਬਈ ਬਸ 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 ਆ ਲੋ ਫੜੋ ਆਪਣਾ ਸ਼ਗਨ ਉਹ 100 ਰੁਪਿਆ ਉਹ ਸਰਦਾਰਾ ਲੋਕੀ ਤਾਂ ਬਿੱਲੀ ਦਾ ਬਲੂੰਗੜਾ ਜੰਮਣ ਤੇ 500 ਦੇ ਦਿੰਦੇ ਆ ਤੂੰ ਤਾਂ 100 ਦੇ ਇੱਕ ਟਰਕਾਈ ਜਾਣਿਆ ਓਏ ਸਰਦਾਰਾ ਇੰਨੇ ਕਿ ਅਸੀਂ ਬੱਕਰੀ ਸੂਈ ਤੇ ਲੈ ਲੈਨੇ ਇੱਥੇ ਤੇ ਸੁੱਖ ਨਾਲ ਫੇਰ ਕਾਕਾ ਹੋਇਆ ਅੱਛਾ ਇਹ ਗੱਲੇ ਆ ਲੋ 500 ਰੁਪਿਆ ਲੈ 500 ਰੁਪਿਆ ਦੇ ਕੇ ਗਲੋਂ ਲਾਉਣ ਦਿਆ ਐਡਾ ਵੱਡਾ ਸਰਦਾਰ ਰੁਪਿਆ 500 ਕੱਟੋ ਕੱਟ ਡਬਲ ਤੇ ਕਰਕੇ 1000 ਪੂਰਾ ਤੇ ਕਰ ਉਹ ਹੁਣ ਤੇਰੀਆਂ 1000 ਦਿੰਦੇ ਲੱਤਾਂ ਕੰਬਣ ਡਈਆਂ ਅਜੇ ਕਾਕੇ ਨੇ ਵੱਡੇ ਹੋ ਕੇ ਲੱਖੋ ਜਾਣਨੇ ਤੇਰੇ ਚਲੋ ਚਲੋ 500 ਬਹੁਤ ਆ ਓਏ ਹਾ ਕੋਣ 21 ਰੁਪਏ ਦਾ ਸ਼ਗਨ ਪਾ ਕੇ 3 ਵਾਰ ਰੋਟੀਆਂ ਪਾੜ ਗਿਆ ਓ ਛੱਡ ਯਾਰ ਓਏ ਸਰਦਾਰਾ 300 ਦੀਆਂ ਤੇ ਅਸੀਂ ਯੋਗਤਾਂ ਸੁਣਾ ਛੱਡੀਆਂ 1000 ਦਿੰਦੇ ਤੂੰ ਹੋਜਤਾ ਕਰਨ ਦੇ ਮੈਂ ਕਿਹਾ ਜੀ ਕੀ ਕਰੀ ਜਾਂਦੇ ਹੋ ਦਿਓ ਇਹਨਾਂ ਨੂੰ 1000 ਰੁਪਿਆ ਐਵੇਂ ਹੀ ਮੇਰੇ ਭਰਾ ਦੀ ਬੇਇੱਜ਼ਤੀ ਕਰਵਾਈ ਜਾਂਦੇ ਹੋ ਚਲੋ ਕਿਹੜਾ ਪਹਿਲੀ ਵਾਰੀ ਹੋਈ ਆ ਲਓ ਫੜੋ ਜੀ 1000 ਰੁਪਿਆ ਛੱਡੋ ਖੇੜਾ ਵਾਹ ਜੀ ਵਾਹ ਵੇਲ ਜੀ ਵੇਲ 1000 ਰੁਪਏ ਦੇ ਮੁੰਡੇ ਦੇ ਸੱਕੇ ਪਿਓ ਦੀ ਵੇਲ ਵੇਲ ਵਧਾਵੀਂ ਲੇਖੇ ਲਾਵੀਂ ਬਾਕੀਆਂ ਨੂੰ ਦੇਣ ਦੀ ਆਤ ਪਾਵੀਂ ਓਏ ਲੋਕਾਂ ਦੇ ਕਾਕੇ ਜੰਮਦੇ ਰਹਿਣ ਭਾਵੇਂ ਦਹੀਂ ਨਾ ਆਈ ਜੰਮੇ ਮੈਂ ਕਿਹਾ ਜੀ ਪੰਡੋ ਰੋਟੀ ਖਾ ਕੇ ਜਾਇਆ ਜੇ ਓਏ ਤੇ ਵੀ ਬਾਸੀ ਖਾ ਕੇ ਜਾਵਾਂਗੇ ਪਰ ਆ ਗੇਟ ਕੋਲ ਪੁੰਜੇ ਦਰੀ ਤੇ ਬਿਜਲੀ ਮਹਿਕਮੇ ਵਾਲੇ ਬੈਠੇ ਆ ਰੱਬ ਦਾ ਵਾਸਤਾ ਦੋ ਦੋ ਬੁਰਕੀ ਉਹਨਾਂ ਨੂੰ ਵੀ ਪਾ ਛੱਡੀ ਓਏ ਜੇਤ ਲੈਣ ਮੈਂ ਦਰੀ ਤੇ ਬੈਠੇ ਆ ਓਏ ਮੁੰਡਿਓ ਤੁਹਾਡਾ ਦਿਮਾਗ ਖਰਾਬ ਹੋ ਗਿਆ ਉਹ ਸਾਡੇ ਮੁੰਡਿਆਂ ਨੂੰ ਅਕਲ ਦੀਏਗੀ ਜੇਈ ਸਾਹਿਬ ਨੂੰ ਪੁੰਜੇ ਬਿਠਾਤਾ ਓ ਜੇਈ ਸਾਹਿਬ ਤੁਸੀਂ ਦਰੀ ਤੇ ਬੈਠੇ ਹੋ ਉਠੋ 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 ਮੁੰਡਿਓ ਖਾਣਾ ਲਿਆਓ ਜੇਈ ਸਾਹਿਬ ਵਾਸਤੇ ਮਾਫ ਕਰਨਾ ਜੀ ਮੈਂ ਬਿਨਾਂ ਬੁਲਾਏ ਤੁਹਾਡੀ ਪਾਰਟੀ 'ਚ ਆ ਗਿਆ ਕੋਈ ਐਸੀ ਗੱਲ ਨਹੀਂ ਜੀ ਧੰਨ ਭਾਗ ਸਾਡੇ ਤੁਸੀਂ ਸਾਡੇ ਘਰ ਆਏ ਗਏ ਹੋ ਦਰਅਸਲ ਮੈਨੂੰ ਪਾਲੇ ਵਾਲੇ ਨਾਲ ਬਹੁਤ ਜ਼ਰੂਰੀ ਕੰਮ ਹੈ ਇੱਕ ਮਿੰਟ ਹਟਿਓ ਜਨਾਬ ਜ਼ਰਾ ਬਿਜਲੀ ਵਾਲੇ ਨੂੰ ਕਹਿ ਕੇ ਮੇਰੀ ਬਿਜਲੀ ਬਹਾਲ ਕਰਾ ਦਿਓ ਮੈਂ ਤਾਂ ਭਾਂਡੇ 'ਚ ਬੜਿਆ ਹੋਇਆ ਚੇਅਰਮੈਨ ਤੱਕਲ ਧੱਕੇ ਖਾਇਆ ਪਰ ਸਾਰੇ ਮੈਨੂੰ ਕਹਿੰਦੇ ਬਈ ਤੇਰਾ ਕੰਮ ਸਿਰਫ ਪਾਲੇ ਵਾਲੇ ਹੁਣ ਹੀ ਕਰਵਾ ਸਕਦੇ ਜਨਾਬ ਕਰਵਾ ਦਿਓ ਮੇਰਾ ਕੰਮ ਬਈਏ ਪਾਲੇ ਵਾਲੇ ਦੇ ਬਿਜਲੀ ਦੇ ਮਹਿਕਮੇ ਨਾਲ ਕੀ ਸੰਬੰਧ ਨੇ ਉਹ ਜਨਾਬ ਪਾਲੇ ਵਾਲੇ ਦੀ ਤਾਂ ਬਿਜਲੀ ਮਹਿਕਮੇ 'ਚ ਚੱਲਦੀ ਬੜੀ ਆ ਹੁਣੇ ਜਲਵਾ ਦਿਖਾ ਦਿੰਦੇ ਆ ਜਨਾਬ ਆ ਬਿਜਲੀ ਵਾਲੇ ਖੜੇ ਆ ਨਾ ਇਹ ਕਰੋ ਜੀ ਇਹਨਾਂ ਦੀ ਮਾੜੀ ਦੀ ਸਿਫਾਰਿਸ਼ ਇਹਨਾਂ ਦਾ ਵੀ ਬੇੜਾ ਪਾਰ ਕਰੋ ਸਰ ਇਹ ਹੁਕਮ ਹੋਵੇ ਤੇ ਚੱਲੀਏ ਤੁਹਾਡਾ ਕਨੈਕਸ਼ਨ ਲਾਉਣਾ ਬੜਾ ਜ਼ਰੂਰੀ ਹੈ ਉਹ ਡਾਂਗ ਸਾਹਿਬ ਤੂੰ ਕਹਿੰਦਾ ਸੀ ਸਾਰੇ ਕਿਤੇ ਜਗਮਗ ਜਗਮਗ ਕਰ ਦੇਣੀ ਹੈ ਤੁਸੀਂ ਇਹ ਸਰਦਾਰ ਦਾ ਕਨੈਕਸ਼ਨ ਕੱਟਿਆ ਦਰਅਸਲ ਜੀ ਗੱਲ ਹੈ ਜੀ ਕਿ ਇਹਨਾਂ ਦਾ ਕੇਸ ਹੋਰ ਹੈ ਹੁਣ ਤੁਹਾਡੇ ਕਨੈਕਸ਼ਨ ਬਾਰੇ ਤਾਂ ਸਾਨੂੰ ਉਪਰੋਂ ਬਹੁਤ ਪ੍ਰੈਸ਼ਰ ਹੈ ਜੀ ਸ਼ਾਬਾਸ਼ ਸ਼ਾਬਾਸ਼ ਅੱਜ ਤੁਹਾਂ ਤੇ ਉਪਰੋਂ ਪ੍ਰੈਸ਼ਰ ਹੈ ਤੇ ਸਾਡਾ ਮੀਟਰ ਲਾ ਛੱਡੋਗੇ ਭੜ ਕੇ ਪ੍ਰੈਸ਼ਰ ਫੁੱਸ ਹੋ ਗਿਆ ਅਸੀਂ ਕਿਦੀ ਮਾਂ ਨੂੰ ਆਸੀ ਆਖਣਾ ਓਹੋ ਸਰ ਤੁਹਾਡਾ ਕਨੈਕਸ਼ਨ ਕੱਟ ਕੇ ਅਸੀਂ ਮਰਨਾ ਹੈ ਜੀ ਉਹ ਤੁਸੀਂ ਪਹਿਲਾਂ ਸੁਰਜੀਤ ਦਾ ਕਨੈਕਸ਼ਨ ਬਹਾਲ ਕਰੋ ਠੀਕ ਹੈ ਸਰ ਓਏ ਖਮਰਮ ਓਏ ਬਿਨਾਂ ਉੱਪਰ ਦੱਸਿਆ ਨਾ ਪਹਿਲਾਂ ਇਹਦੀ ਬਿਜਲੀ ਦਾ ਕਨੈਕਸ਼ਨ ਚਾਲੂ ਕਰ ਦੇ ਵਾਕਈ ਸਰ ਮੈਨੂੰ ਲੱਗਦਾ ਨੌਕਰੀ ਬਚਾਉਣ ਦਾ ਇਹੀ ਇੱਕ ਤਰੀਕਾ ਜੀ ਠੀਕ ਹੈ ਜੀ ਇਹਨਾਂ ਵਾਲਾ ਕੰਮ ਤਾਂ ਹੋ ਜੂ ਫਿਰ ਤੁਹਾਡਾ ਬਿਜਲੀ ਦਾ ਕਨੈਕਸ਼ਨ ਪਹਿਲਾਂ ਜਿਹੜਾ ਤੁਹਾਨੂੰ ਕੰਮ ਆਖਿਆ ਉਹ ਤੇ ਕਰੋ ਆਪਣੇ ਬਾਰੇ ਅਸੀਂ ਸ਼ਾਮਾਂ ਨੂੰ ਸੋਚ ਲਾਂਗੇ ਪਿੱਛੇ ਹਟੋ ਜਿੰਨਾ ਦੇ ਮੋਟ ਸਾਡੇ ਦੇ ਹੱਥ ਅੱਗੇ ਤਾਂ ਯਾਰ ਤਾਰੀ ਮੈਨੂੰ ਇੱਕ ਨਹੀਂ ਗੱਲ ਸਮਝ ਲੱਗਦੀ ਇਹਨਾਂ ਕੋਲ ਗਿੱਦੜ ਸਿੰਘ ਹੀ ਕਿਹੜੀ ਹੈ